ਅੱਜ ਅਸੀਂ ਤਕਰੀਬਨ 6 ਦਿਨ ਹੋ ਗਏ ਨੇ ਸਾਨੂੰ ਧਰਨਾ ਦਿੰਦੇ ਹੋਏ ਸਾਡੀਆਂ ਕੁਝ ਕੁ ਮੰਗਾਂ ਆਲਰੇਡੀ ਚੱਲ ਰਹੀਆਂ ਨੇ ਉਹ ਇਹ ਹੈਗੀਆਂ ਨੇ ਇੱਕ ਤਾਂ ਸਾਡੀ ਮੇਨ ਮੰਗ ਸੀਗੀ ਕਿ ਸਾਨੂੰ ਨਰਸਿੰਗ ਆਫੀਸਰ ਦਾ ਅਹੁਦਾ ਦਿੱਤਾ ਜਾਵੇ ਜਿਹੜੇ ਕਿ ਬਾਕੀ ਕੈਟਾਗਰੀਜ਼ ਨੂੰ ਵੀ ਦੇ ਦਿੱਤਾ ਜਾਵੇ ਜਿੱਦਾਂ ਕਿ ਫਾਰਮਾਸਿਸਟ ਨੇ ਉਹਨਾਂ ਨੂੰ ਵੀ ਫਾਰਮੇਸੀ ਆਫੀਸਰ ਬਣਾ ਦਿੱਤਾ ਅਤੇ ਬਾਕੀ ਜਿਹੜੇ ਹੈਗੇ ਨੇ ਆਪਥੈਲਮਿਕ ਅਸਿਸਟੈਂਟ ਉਹਨਾਂ ਨੂੰ ਵੀ ਆਫੀਸਰ ਦਾ ਅਹੁਦਾ ਦੇ ਦਿੱਤਾ ਅਤੇ ਸਾਡੀ 2-3 ਸਾਲਾਂ ਤੋਂ ਇਹ ਮੰਗ ਸੀਗੀ ਕਿ ਸਾਨੂੰ ਵੀ ਇਹ ਅਹੁਦਾ ਦਿੱਤਾ ਜਾਵੇ ਅਤੇ ਪਰ ਸਾਡੀ ਜਿਹੜੀ ਸਰਕਾਰ ਆ ਕੁਛ ਕਰ ਨਹੀਂ ਰਹੀ ਸੁਣ ਨਹੀਂ ਰਹੀ ਸਾਡੇ ਜਿਹੜੀਆਂ ਮੰਗਾਂ ਨੇ ਉਹ ਵਾਰ ਵਾਰ ਅਸੀਂ ਦਿਨ ਦੱਸਦੇ ਹਾਂ ਉਹਨਾਂ ਨੂੰ ਜਾ ਕੇ ਮੀਟਿੰਗਸ ਕਰਦੇ ਹਾਂ ਹੈਲਥ ਮਿਨਿਸਟਰ ਨਾਲ ਵੀ ਮੀਟਿੰਗ ਹੋਈ ਸਾਡੇ ਡਾਇਰੈਕਟਰ ਮੈਡਮ ਨਾਲ ਵੀ ਮੀਟਿੰਗ ਹੋਈ ਪਰ ਉਹਨਾਂ ਨੇ ਸਾਨੂੰ ਕੁਛ ਵੀ ਮਤਲਬ ਰਾਹ ਨਹੀਂ ਪਾਇਆ ਹੈਗਾ ਅਤੇ ਇਹਦੇ ਵਿੱਚ ਜਿਹੜਾ ਮੇਨ ਗੱਲ ਇਹ ਹੈ ਕਿ ਇਹਦੇ ਨਾਲ ਕੋਈ ਵਿੱਤੀ ਜਿਹੜਾ ਹੈਗਾ ਸੰਕਟ ਉਹ ਵੀ ਨਹੀਂ ਆਉਣਾ ਹੈਗਾ ਕੋਈ ਮਤਲਬ ਇਹਦੇ ਨਾਲ ਸਾਡੀ ਪੇਚ ਵਾਧਾ ਨਹੀਂ ਹੋਣਾ ਜਸਟ ਫਿਰ ਕੋਵਿਡ-19 ਦੇ ਵਿੱਚ ਸਾਨੂੰ ਇੱਕ ਇਹ ਹੈ ਕਿ ਜੇ ਸਾਨੂੰ ਅਹੁਦਾ ਦੇ ਦਿੰਦੇ ਤਾਂ ਸਾਡਾ ਮੋਰਲ ਹੋਰ ਅਪ ਹੁੰਦਾ ਅਤੇ ਹੋਰ ਅਸੀਂ ਵਧੀਆ ਤਰੀਕੇ ਨਾਲ ਸੇਵਾ ਨਿਭਾਉਂਦੇ ਦੂਸਰੀ ਜਿਹੜੀ ਹੁਣ ਨਵੀਂ ਇਹ ਗੱਲ ਹੋਈ ਹੈ ਕਿ ਇਹਨਾਂ ਨੇ ਆਊਟਸੋਰਸਿੰਗ ਭਰਤੀ ਕੀਤੀ ਹੈ DRME ਦੇ ਅੰਡਰ ਉਹਦੇ ਵਿੱਚ ਜਿਹੜੀਆਂ ਸਾਡੀਆਂ ਸਟਾਫ ਨਰਸਿਸ ਨੇ ਉਹਨਾਂ ਨੂੰ ਬਹੁਤ ਹੀ ਡੀਗ੍ਰੇਡ ਕੀਤਾ ਗਿਆ ਉਹਨਾਂ ਦਾ ਜਿਹੜਾ ਪੇ ਹੈ ਉਹ ਬਹੁਤ ਹੀ ਘੱਟ ਦਿੱਤੀ ਗਈ ਹੈ ਜਿੱਦਾਂ ਕਿ ਫਾਰਮਾਸਿਸਟ ਨੂੰ 20,000 ਦਿੱਤੀ ਗਈ ਹੈ ਅਤੇ ਜਿਹੜੇ ਆਪਣੇ LTs ਨੇ ਉਹਨਾਂ ਨੂੰ 25,000 ਦਿੱਤੀ ਗਈ ਹੈ ਅਤੇ ਜਿਹੜੀਆਂ ਆਪਣੀਆਂ ਸਟਾਫ ਨਰਸਿਸ ਨੇ ਉਹਨਾਂ ਨੂੰ 10,770 ਰੁਪਏ ਦਿੱਤੇ ਨੇ ਜੋ ਕਿ ਮਤਲਬ ਕਿ ਬਹੁਤ ਹੀ ਸਾਨੂੰ ਡੀਗ੍ਰੇਡ ਕਰਨ ਵਾਲੀ ਗੱਲ ਹੈ ਇਹਨਾਂ ਸਾਡਾ ਬਹੁਤ ਮੋਰਲ ਡਾਊਨ ਹੋਇਆ ਅਤੇ ਅਸੀਂ 24 ਘੰਟੇ ਡਿਊਟੀਆਂ ਕਰਦੇ ਹਾਂ ਮੋਰਨਿੰਗ ਈਵਨਿੰਗ ਨਾਈਟ ਅਤੇ ਉਹਦੇ ਵਿੱਚ ਸਾਨੂੰ ਕੋਈ ਮਤਲਬ ਵੀ ਕੁਛ ਤਾਂ ਸਾਨੂੰ ਦੇਣਾ ਚਾਹੀਦਾ ਸੀ ਨਾ ਸਰਕਾਰ ਨੂੰ ਵੀ ਅਸੀਂ ਕੋਵਿਡ-19 'ਚ ਡਿਊਟੀਆਂ ਕਰ ਰਹੇ ਹਾਂ ਆਈਸੋਲੇਸ਼ਨ ਵਾਰਡ ਦੇ ਵਿੱਚ ਸਿਰਫ ਸਾਡੀਆਂ ਸਟਾਫ ਨਰਸਿਸ ਡਿਊਟੀਆਂ ਕਰਦੀਆਂ ਅਤੇ ਕਲਾਸ 4 ਡਿਊਟੀ ਕਰਦੇ ਨੇ PPE ਕਿੱਟ ਪਾ ਕੇ ਕੋਈ ਵੀ ਡਾਕਟਰ ਅੱਜ ਤੱਕ PPE ਕਿੱਟ ਪਾ ਕੇ ਆਈਸੋਲੇਸ਼ਨ ਵਾਰਡ ਦੇ ਵਿੱਚ ਨਹੀਂ ਗਿਆ ਅਤੇ ਈਵਨ ਕਿ ਜਿਹੜੀ ECG ਟੈਕਨੀਸ਼ੀਅਨ ਆ ਉਹਦਾ ਕੰਮ ਵੀ ਸਟਾਫ ਕਰਦੀ ਹੈ LT ਦਾ ਕੰਮ ਵੀ ਸਟਾਫ ਕਰਦੀ ਹੈ ਉਹਨੂੰ ਕਹਿ ਦਿੱਤਾ ਜਾਂਦਾ ਕੋਈ ਗੱਲ ਨਹੀਂ ਤੁਸੀਂ PPE ਕਿੱਟ ਪਾਈ ਹੋਈ ਹੈ ਤੁਸੀਂ ਹੀ ਸੈਂਪਲ ਲੈ ਲਓ ਪਰ ਮਤਲਬ ਕੰਮ ਸਭ ਤੋਂ ਵੱਧ ਸਟਾਫ ਨਰਸ ਤੋਂ ਲਿਆ ਜਾਂਦਾ ਹੈ ਅਤੇ ਬਾਕੀ ਜਦੋਂ ਬਾਕੀ ਭੱਤਿਆਂ ਦੀ ਗੱਲ ਹੁੰਦੀ ਆ ਜਾਂ ਕੋਈ ਹੋਰ ਫੈਸਿਲਿਟੀਜ਼ ਦੀ ਗੱਲ ਆਉਂਦੀ ਆ ਫਿਰ ਉਸਨੂੰ ਸਭ ਤੋਂ ਪਿੱਛੇ ਛੱਡ ਦਿੱਤਾ ਜਾਂਦਾ ਅਤੇ ਅਸੀਂ ਇਸੇ ਰੋਸ ਦੇ ਵਿੱਚ ਅਸੀਂ ਰੋਸ ਰੈਲੀ ਕਰ ਰਹੇ ਹਾਂ ਵੀ ਇਹ ਸਾਡੇ ਨਾਲ ਧੱਕਾ ਕਿਉਂ ਬਿਕੋਜ਼ ਵੀ ਆਰ ਫੀਮੇਲਸ ਦੈਟਸ ਵਾਈ ਸਾਡਾ ਇੱਕ ਸਿਰਫ ਇਕੱਲਾ ਇਹੀ ਇੱਕ ਸਾਡਾ ਨਰਸਿੰਗ ਕੇਡਰ ਹੈ ਜਿਹਦੇ ਵਿੱਚ ਫੀਮੇਲ ਸਟਾਫ ਹੈ ਟੋਟਲੀ ਮੇਲ ਪਰਸਨ ਨਹੀਂ ਹੁੰਦੇ ਹੈਗੇ ਅਤੇ ਇਸੇ ਕਰਕੇ ਸਾਡੇ ਨਾਲ ਸ਼ਾਇਦ ਧੱਕਾ ਹੋ ਰਿਹਾ ਉਂਝ ਤਾਂ ਕਹਿੰਦੇ ਨੇ ਕਿ ਫੀਮੇਲਸ ਐਂਡ ਮੇਲਸ ਆਰ ਦਾ ਸੇਮ ਇਕੁਅਲ ਬਟ ਆਈ ਥਿੰਕ ਇਟਸ ਨੋਟ ਰਾਈਟ ਅਗਲਾ ਕੀ ਪ੍ਰੋਬਲਮ ਅਗਲਾ ਹੁਣ ਜਦ ਤੱਕ ਸਾਡੀ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਅਸੀਂ ਲਗਾਤਾਰ ਡੇਲੀ 2 ਘੰਟੇ 10 ਤੋਂ 12 ਵਜੇ ਤੱਕ ਧਰਨੇ 'ਤੇ ਬੈਠਾਂਗੇ ਜੇ ਉਹ ਸਾਨੂੰ ਕਾਲ ਨਹੀਂ ਦਿੰਦੀ ਸੱਦਾ ਪੱਤਰ ਨਹੀਂ ਦਿੰਦੀ ਹੈਗੀ ਵੀ ਸਾਨੂੰ ਸਾਡੇ ਨਾਲ ਆ ਕੇ ਗੱਲ ਕਰੋ ਤਾਂ ਸਾਡਾ ਇਹ ਰੋਸ ਮੁਜ਼ਾਹਰਾ ਜਾਰੀ ਰਹੇਗਾ ਜਿੱਦਾਂ ਜਿੱਦਾਂ ਸਾਨੂੰ ਸਾਡੇ ਮਤਲਬ ਕਿ ਐਸੋਸੀਏਸ਼ਨ ਵਾਲੇ ਕਹਿਣਗੇ ਹੋ ਸਕਦਾ ਸਾਡਾ ਕੱਲ੍ਹ ਮਤਲਬ ਆਉਣ ਵਾਲੇ ਸਮੇਂ ਵਿੱਚ ਪੂਰੇ ਦਿਨ ਲਈ ਵੀ ਧਰਨਾ ਹੋਵੇ Yeah.